ਦਿਵਾਲੀ ਡਬਲ ਮਨਾਈ ਜਾਏਗੀ ਇਸ ਸਾਲ। ਇਸ ਸਾਲ ਦੋ ਦਿਵਾਲੀਆਂ ਆਉਣਗੀਆਂ। ਬੜਾ ਉਤਸ਼ਾਹ ਲੋਕਾਂ ਦੇ ਵਿੱਚ, ਘਰ ਘਰ ਝੰਡਾ ਹਰੇਕ ਦਾ ਰਲਾਇਆ ਜਾਏਗਾ, ਦੋ ਦੋ ਰਲਾਏ ਜਾਏਗੇ ਜੀ। ਪ੍ਰਿੰਟ ਪੂਰਾ ਜਿਹੜਾ ਝੰਡਿਆਂ 'ਤੇ ਕੀਤਾ ਆ, ਭਗਵਾਨ ਰਾਮ ਜੀ ਦਾ ਹੱਥ ਧਨੁਸ਼ ਪਕੜਿਆ, ਪਿੱਛੇ ਤੀਰ ਨੇ, ਔਰ ਕੁਛ ਕਲਰ ਪ੍ਰਿੰਟ ਵੀ ਦੇਖ ਸਕਦੇ ਹੋ ਕਿ ਕਾਫੀ ਤਰ੍ਹਾਂ ਦੇ ਪ੍ਰਿੰਟ ਨੇ, ਇਹ ਪ੍ਰੋਪਰ ਕੱਢੇ ਹੋਏ ਨੇ। ਬਹੁਤ ਵਧੀਆ ਲੱਗ ਰਿਹਾ ਜੀ, ਲੋਕਾਂ ਨੂੰ ਉਤਸ਼ਾਹ ਬਹੁਤ ਹੈਗਾ। ਮੇਨ ਤਾਂ ਉਤਸ਼ਾਹ ਕਰਕੇ ਇਹ ਹੋ ਰਿਹਾ, ਇੰਨੇ ਸਾਲਾਂ ਬਾਅਦ ਲੋਕਾਂ ਨੂੰ ਮੌਕਾ ਮਿਲਿਆ ਨਵੀਂ ਦਿਵਾਲੀ ਦਾ। ਸਜਾਦੋ ਘਰ ਕੋ ਉਤਸਵ ਸਾਹਿਬ, ਮੇਰੇ ਘਰ ਪ੍ਰਭੂ ਰਾਮ ਆਏ ਹੈ। ਜੈ ਸ਼੍ਰੀ ਰਾਮ। ਦੋਸਤੋ, ਮੇਰਾ ਨਾਮ ਹੈ ਹਰਦੀਪ ਦੁਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ, ਜਿੱਥੇ 22 ਤਾਰੀਖ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ, ਕਿਉਂਕਿ 22 ਤਾਰੀਖ ਨੂੰ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦਾ ਪ੍ਰਾਣ ਪ੍ਰਤਿਸ਼ਠਾ ਜਿਹੜੀ ਮੰਦਰ ਦੀ ਕੀਤੀ ਜਾਣੀ ਹੈ। ਇਸ ਮੌਕੇ 'ਤੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 22 ਤਾਰੀਖ ਨੂੰ ਪੂਰੇ ਪੰਜਾਬ ਦੇ ਵਿੱਚ 11 ਵਜੇ ਤੋਂ 1 ਵਜੇ ਤੱਕ ਜਿਹੜਾ ਵੈ ਸਤਸੰਗ ਉਸਦੇ ਨਾਲ ਨਾਲ ਭੰਡਾਰਾ ਚੱਲੇਗਾ। ਤੁਹਾਨੂੰ ਦੱਸਦਾ ਕਿ ਆਰਤੀ ਵੀ ਹੋਏਗੀ ਇਸ ਮੌਕੇ 'ਤੇ। ਵੱਡੀ ਗੱਲ ਹੈ ਵੈ ਕਿ ਹਰ ਘਰ ਦੇ ਵਿੱਚ ਦੀਏ ਲਗਾਏ ਜਾਣਗੇ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਲੁਧਿਆਣਾ ਲਾਈਵ ਦੇ ਵਿੱਚ ਪਿੱਛੇ ਖਬਰ 'ਚ ਦਿਖਾਇਆ ਕਿਸ ਪ੍ਰਕਾਰ ਦਾ ਜਨਵਰੀ ਦੇ ਮਹੀਨੇ ਦੇ ਵਿੱਚ ਡੇਲੀ 2 ਤੋਂ 3 ਹਜ਼ਾਰ ਰੁਪਏ ਦੀਆ ਜਿਹੜਾ ਵਿਕ ਰਿਹਾ, ਉਸੇ ਪ੍ਰਕਾਰ ਜਿਹੜੀਆਂ ਉਸ ਲੈ ਕੇ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ। ਤੁਸੀਂ ਦੇਖ ਸਕਦੇ ਹੋ ਕਿ ਅਗਰ ਮੈਂ ਗੱਲ ਕਰਾਂ, ਇਸ ਵੇਲੇ ਅਸੀਂ ਹਮਰਾ ਰੋਡ 'ਤੇ ਹੈਗੀਆਂ, ਤੁਸੀਂ ਦੇਖ ਸਕਦੇ ਹੋ ਕਿ ਹਮਰਾ ਰੋਡ ਦੇ ਮੰਦਰਾਂ ਦੇ ਉੱਪਰ ਬਾਹਰ ਵੀ ਜੈ ਸ਼੍ਰੀ ਰਾਮ ਦੇ ਜਿਹੜੇ ਝੰਡੇ ਲੱਗੇ ਹੋਏ ਨੇ। ਨੀਚੇ ਦੁਕਾਨਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਦੇ ਜਿਹੜੇ ਨੇ ਝੰਡੇ ਜਿਹੜੇ ਤਿਆਰ ਕੀਤੇ ਗਏ ਨੇ। ਨਾਲ ਹੀ ਨਾਲ ਜਿੱਥੇ ਰਾਮ ਹੋਣਗੇ ਉੱਥੇ ਕਹਿ ਸਕਦੇ ਹੋ ਕਿ ਹਨੂੰਮਾਨ ਜੀ ਦੇ ਵੀ ਜਿਹੜੇ ਝੰਡੇ ਨੇ ਉੱਥੇ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿ ਤਿਆਰ ਕਰਕੇ ਲਗਾਏ ਨੇ। ਇਸ ਵੇਲੇ ਵੱਡੀ ਸੰਖਿਆ 'ਤੇ ਜਿਹੜੇ ਝੰਡੇ ਨੇ ਇਸ ਸਮੇਂ ਵਿਕ ਲੁਧਿਆਣਾ ਸ਼ਹਿਰ ਦੇ ਵਿੱਚ ਵਿਕਦੇ ਪਏ ਨੇ, ਔਰ ਤੁਸੀਂ ਮੇਰੀ ਬੈਕ ਸਾਈਡ 'ਤੇ ਵੀ ਦੇਖ ਸਕਦੇ ਹੋ ਕਿ ਤੁਹਾਨੂੰ ਜਿੱਥੇ ਤੁਸੀਂ ਦੇਖੋਗੇ ਭਗਵਾਨ ਰਾਮ ਦੇ ਜਿਹੜੇ ਇਹ ਝੰਡੇ ਨੇ ਸਾਫ਼ ਤੌਰ 'ਤੇ ਦੇਖਣ ਨੂੰ ਮਿਲ ਰਹੇ, ਔਰ ਇਹਦੇ ਭਗਤਾਂ ਵੱਲੋਂ ਇਹ ਵੱਡੀ ਜਿਹੜੀ ਸੰਖਿਆ 'ਤੇ ਝੰਡੇ ਖਰੀਦੇ ਜਾ ਰਹੇ ਨੇ। ਅਤੇ ਆਓ ਫਿਰ ਗੱਲ ਕਰਦੇ ਦੁਕਾਨ ਦੇ ਜਿਹੜੇ ਵਿਕਰੇਤਾ ਨੇ ਜਿਹੜੇ ਕਿ ਇਹਨਾਂ ਝੰਡਿਆਂ ਨੂੰ ਵੇਚ ਰਹੇ ਨੇ, ਉਹਨਾਂ ਨਾਲ ਗੱਲ ਕਰਦੇ। ਹਾਂਜੀ, ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ। ਕੀ ਨਾਮ ਹੈ ਤੁਹਾਡਾ? ਅਨੂਪ ਸ਼ਾਰਦਾ ਹੈ। ਅਨੂਪ ਜੀ, ਕਿਸ ਪ੍ਰਕਾਰ ਦੇ ਨਾਲ ਕਿੰਨਾ ਉਤਸ਼ਾਹ ਦੇਖਿਆ ਜਾ ਰਿਹਾ? ਸਭ ਤੋਂ ਪਹਿਲਾਂ 22 ਤਰੀਕ ਦਾ ਕਿਸ ਤਰ੍ਹਾਂ ਦੇਖ ਰਹੇ ਹੋ ਲੁਧਿਆਣਾ ਵਾਸੀਆਂ ਦੇ? ਕਿਆ ਦਿਵਾਲੀ ਡਬਲ ਮਨਾਈ ਜਾਏਗੀ ਇਸ ਸਾਲ? ਇਸ ਸਾਲ ਦੋ ਦਿਵਾਲੀਆਂ ਆਉਣਗੀਆਂ। ਬੜਾ ਉਤਸ਼ਾਹ ਲੋਕਾਂ ਦੇ ਵਿੱਚ, ਘਰ ਘਰ ਝੰਡਾ ਹਰੇਕ ਦਾ ਰਲਾਇਆ ਜਾਏਗਾ, ਦੋ ਦੋ ਰਲਾਏ ਜਾਏਗੇ ਜੀ। ਅੱਛਾ, ਕਿੰਨੇ ਤਰ੍ਹਾਂ ਦੇ ਝੰਡੇ ਜਿਹੜੇ ਤਿਆਰ ਕੀਤੇ ਸਾਈਜ਼ ਦੇ ਤੁਸੀਂ? ਇੱਥੇ 3 ਕੁ ਸਾਈਜ਼ ਚੱਲਦੇ ਪਏ ਮੇਨ, ਜ਼ਿਆਦਾ ਮੀਡੀਅਮ ਸਾਈਜ਼ ਚੱਲਦਾ ਪਿਆ, ਛੋਟਾ ਸਾਈਜ਼ ਚੱਲਦਾ ਪਿਆ। ਬੜਾ ਉਤਸ਼ਾਹ ਜੀ ਲੋਕਾਂ 'ਚ। ਅੱਛਾ, ਤੇ ਡੇਲੀ ਦੇ ਕਿੰਨੇ ਕੁ ਝੰਡੇ ਵਿਕ ਰਹੇ ਤੁਹਾਡੇ? ਹਾਲੇ ਤਾਂ ਚਲੋ ਨੋਰਮਲ 20-25 ਵਿਕ ਰਹੇ ਆ, ਬਾਕੀ ਹੌਲੀ ਹੌਲੀ ਸੇਲ ਵਧੀ ਜਾ ਰਹੀ ਹੈ। ਜਿੱਦਾਂ ਜਿੱਦਾਂ ਦਿਨ ਦਿਨ ਲਾਗੇ ਆਏ ਜਾ ਰਹੇ ਆ, ਉਦੋਂ ਉਦਾਂ ਝੰਡੇ ਦੀ ਸੇਲ ਵਧੀ ਜਾ ਰਹੀ ਹੈ। ਅੱਛਾ, ਇੱਕ ਵਾਰੀ ਫਿਰ ਤੁਸੀਂ ਦੇਖਿਆ ਕਿ ਇਸ ਸਮੇਂ ਲੁਧਿ ਲੋਹੜੀ ਦਾ ਮਾਹੌਲ ਸੀਗਾ, ਲੋਹੜੀ ਦਾ ਸਮਾਂ ਹੈਗਾ ਮੈਮ, ਜਿਸ ਤਰ੍ਹਾਂ ਦੀਏ ਜਿਹੜੇ ਨੇ ਇਸ ਆਫ ਸੀਜ਼ਨ 'ਤੇ ਆ ਰਹੇ ਨੇ, ਉਸੇ ਪ੍ਰਕਾਰ ਤੁਸੀਂ ਮੈਂ ਦੇਖ ਰਿਹਾ ਕਿ ਝੰਡੇ ਸ਼੍ਰੀ ਰਾਮ ਜੀ ਦੇ ਕੋਈ ਮਾਰਕੀਟ 'ਚ ਹਰ ਜਗ੍ਹਾ ਦੇਖਣ ਨੂੰ ਮਿਲ ਰਹੇ ਆ। ਤੁਹਾਡੇ ਪਿੱਛੇ ਵੀ, ਅੱਗੇ ਵੀ, ਹਰ ਜਗ੍ਹਾ ਦੇਖੋ, ਸ਼੍ਰੀ ਰਾਮ ਚੰਦਰ ਜੀ ਹਰ ਜਗ੍ਹਾ ਦੇਖ ਰਹੇ ਨੇ। ਬਹੁਤ ਵਧੀਆ ਲੱਗ ਰਿਹਾ ਜੀ, ਲੋਕਾਂ ਨੂੰ ਉਤਸ਼ਾਹ ਬਹੁਤ ਹੈਗਾ। ਮੇਨ ਤਾਂ ਉਤਸ਼ਾਹ ਕਰਕੇ ਇਹ ਹੋ ਰਿਹਾ, ਇੰਨੇ ਸਾਲਾਂ ਬਾਅਦ ਲੋਕਾਂ ਨੂੰ ਮੌਕਾ ਮਿਲਿਆ ਨਵੀਂ ਦਿਵਾਲੀ ਦਾ, ਜਿਹੜੀ ਇਸ ਵਾਰ 22/1/2024 ਨੂੰ ਮਨਾਈ ਜਾਊਗੀ। ਅੱਛਾ, ਵੱਡੀ ਗੱਲ ਹੈ ਵੈ ਕਿ ਮੈਂ ਦੇਖ ਰਿਹਾ ਕਿ ਪੂਰੇ ਜਿਹੜੇ ਪ੍ਰਿੰਟ ਜਿਹੜਾ ਵੈਸੇ ਝੰਡਿਆਂ ਦਾ, ਤੁਸੀਂ ਦੇਖ ਸਕਦੇ ਹੋ ਕਿ ਪ੍ਰਿੰਟ ਪੂਰਾ ਜਿਹੜਾ ਝੰਡਿਆਂ 'ਤੇ ਕੀਤਾ ਆ, ਭਗਵਾਨ ਰਾਮ ਜੀ ਦਾ ਹੱਥ ਧਨੁਸ਼ ਪਕੜਿਆ, ਪਿੱਛੇ ਤੀਰ ਨੇ, ਔਰ ਕੁਛ ਕਲਰ ਪ੍ਰਿੰਟ ਵੀ ਦੇਖ ਸਕਦੇ ਹੋ ਕਿ ਕਾਫੀ ਤਰ੍ਹਾਂ ਦੇ ਪ੍ਰਿੰਟ ਨੇ, ਇਹ ਪ੍ਰੋਪਰ ਕੱਢੇ ਹੋਏ ਨੇ। ਸਰ, ਇਹਨਾਂ ਦੇ ਚਾਰਜਿਸ ਕੀ ਰੱਖੇ ਹੋਏ ਆ? ਚਾਰਜਿਸ 40-50, 30-40 ਜੀ। ਵੱਡਾ ਝੰਡਾ 50 ਰੁਪਏ ਦਾ। ਵੱਡਾ ਝੰਡਾ 50 ਰੁਪਏ ਦਾ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ। ਅਨੂਪ ਜੀ, ਥੈਂਕ ਯੂ ਜੀ, ਥੈਂਕ। ਸੋ ਦੋਸਤੋ, ਤੁਸੀਂ ਦੇਖ ਸਕਦੇ ਹੋ ਕਿ 22 ਤਾਰੀਖ ਦਾ ਇੰਤਜ਼ਾਰ, ਜੀ ਹਾਂ, 22 ਤਾਰੀਖ ਦਾ ਇੰਤਜ਼ਾਰ ਜਿਹੜਾ ਮੈਂ ਲੁਧਿਆਣਾ ਵਾਸੀ ਸਾਫ਼ ਤੌਰ 'ਤੇ ਕਰ ਰਹੇ ਹੈਗੇ ਨੇ। ਔਰ ਵੱਡੀ ਗੱਲ ਇਹ ਵੀ ਇਹਦੇ 'ਚ ਦੇਖਣ ਨੂੰ ਮਿਲੀ ਹੈਗੀ ਹੈ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਦੀਏ ਜਨਵਰੀ ਦੇ ਮਹੀਨੇ ਦੇ ਹਿਸਾਬ ਲਾ ਸਕਦੇ ਹੋ ਕਿ ਜਨਵਰੀ ਦੇ ਮਹੀਨੇ ਦੇ ਵਿੱਚ ਡੇਲੀ ਦਾ 2 ਤੋਂ 3 ਹਜ਼ਾਰ ਦੀਏ ਜਿਹੜੇ ਨੇ ਵਿਕ ਰਹੇ ਹੈਗੇ ਇਸ ਸਮੇਂ ਦੇ ਵਿੱਚ। ਔਰ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਤੁਸੀਂ ਦੇਖਦੇ ਭਗਵਾਨ ਰਾਮ ਜੀ ਦੇ
ਝੰਡੇ ਜਿਹੜੇ ਨੇ ਇਹ ਵੀ ਇਹਨਾਂ ਨੇ ਦੱਸਿਆ ਕਿ 30-40-50 ਜਿਹੜੇ ਵੱਡੇ ਝੰਡੇ ਦੇਖ ਸਕਦੇ ਹੋ ਔਰ ਹਰ ਜਗ੍ਹਾ 'ਤੇ ਤੁਸੀਂ ਝੰਡੇ ਦੇਖ ਸਕਦੇ ਹੋ। ਉਹਦੇ ਕੋਲ ਪਿੱਛੇ ਦੁਕਾਨ ਵੀ ਛੋਟੀ ਰੇਹੜੀ ਹੈ, ਉਹਨੇ ਵੀ ਝੰਡੇ ਰੱਖੇ ਹੋਏ ਹੈਗੇ ਨੇ। ਉਸ ਤੋਂ ਬਾਅਦ ਇਹ ਬੇਸਿਕਲੀ ਦੇਖਿਆ ਜਾਵੇ ਤਾਂ ਇੱਕ ਕਰਿਆਨਾ ਸ਼ੋਪ ਹੈ। ਕਰਿਆਨਾ ਸ਼ੋਪ 'ਤੇ ਵੀ ਐਕਸਾਈਟਮੈਂਟ ਸਾਫ਼ ਤੌਰ 'ਤੇ ਹੈਗੀ ਹੈ ਕਿ ਇੱਥੇ ਵੀ ਤੁਸੀਂ ਦੇਖਦੇ ਭਗਵਾਨ ਰਾਮ ਦੇ ਝੰਡੇ ਜਿਹੜੇ ਨੇ ਨਾਰੀਅਲ ਰੱਖੇ ਹੋਏ ਨੇ। ਉਸ ਤੋਂ ਅੱਗੇ ਦੇਖ ਸਕਦੇ ਹੋ ਕਿ ਸੱਜੇ ਹੱਥ ਉੱਥੇ ਵੀ ਭਗਵਾਨ ਰਾਮ ਦੇ ਝੰਡੇ ਅਤੇ ਨਾਲ ਹੀ ਨਾਲ ਬਜਰੰਗ ਬਲੀ ਜੀ ਦੇ ਝੰਡੇ ਜਿਹੜੇ ਨੇ ਸਾਫ਼ ਤੌਰ 'ਤੇ ਤੁਸੀਂ ਹਨੂੰਮਾਨ ਜੀ ਦੇ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਝੰਡੇ ਤਿਆਰ ਕੀਤੇ ਹੋਏ ਨੇ। ਸੋ ਉਸ ਜਿਹੜਾ ਐਕਸਾਈਟਮੈਂਟ ਅਤੇ ਉਤਸਾਹ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਕਹਿ ਸਕਦੇ ਹੋ ਕਿ ਲੁਧਿਆਣਾ ਵਾਸੀ ਵੀ ਸਾਫ਼ ਤੌਰ 'ਤੇ ਕਹਿ ਰਹੇ ਸੀਗੇ ਕਿ ਇੱਕ ਸਾਲ ਦੇ ਵਿੱਚ ਇਸ ਵਾਰੀ ਸਾਨੂੰ ਦੋ ਜਿਹੜੀ ਦੀਵਾਲੀ ਹੈ ਸਾਫ਼ ਤੌਰ 'ਤੇ ਦੇਖਣ ਨੂੰ ਮਿਲੇਗੀ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਨੂੰ ਦਿਓ ਇਜਾਜ਼ਤ। ਜੈ ਸ਼੍ਰੀ ਰਾਮ।